ਆ ਬਈ ਸ਼ਹਿਰ ਦਾ ਕੀ ਰੇਟ ਆ, ਇਹ ਮਦੀਰਾ ਕਦੋਂ ਰੱਖਿਆ ਇੱਕ, ਇਹ ਡਿੱਗਦਾ ਹੀ ਡੱਬਾ ਮੈਂ ਟੁੱਟ। ਤੁਸੀਂ ਭਾਵੇਂ ਬਾਅਦ ਚੋਂ ਦੱਸ ਦਿਓ ਬਈ ਅਸੀਂ ਤਾਂ ਵੀਡੀਓ ਵੇਖ ਕੇ ਆਏ, ਪਹਿਲਾਂ ਰੇਟ ਪੁੱਛ ਲਿਆ, ਫਿਰ ਵੀ ਕਰਦਾ ਹੋਗਾ ਮੇਰੇ 50 ਰੁਪਏ ਲੈਂਦਾ ਕਰਦਾ। ਹਾਂ ਸਹੀ ਆ, ਹੋਰ ਦੱਸ ਕਿਵੇਂ ਹਿਮਾਚਲ ਦਾ? ਹਿਮਾਚਲ ਦਾ ਸਹੀ ਆ ਗਿਆ ਬਈ, ਇਹ ਆ ਗੱਲ ਆ, ਇਹ ਆ ਗਿਆ ਗੱਲ ਆ, ਸਹੀ ਮੀਡੀਅਮ ਗੱਲ ਆ। ਠੀਕ ਹੈ ਜੀ, ਇਹਦਾ ਰੇਟ ਚਲ ਅੱਜ ਕੱਢ ਦਿਓ ਆਵਾਜ਼ ਕੋਈ। ਅੱਛਾ ਕਾਹਦੀ? ਮੈਂ ਨਾ ਤੁਸੀਂ ਗੰਢਾ ਦੱਸ ਦਿਓ ਵੀ ਅੱਜ ਕਿੰਨਾ ਹੋਣਾ ਹੈ, ਅੱਜ ਗੰਢਾ ਦੱਸ ਦਿਓ ਵੀ ਕਿੰਨਾ ਹੋਊਗਾ ਹੋਰ 15 ਦਿਨ। ਰੋਮੀ ਕਹਿੰਦੇ ਨੇ ਇਸ ਗੱਬਰੂ ਨੂੰ, ਰੋਮੀ ਕਹਿੰਦੇ ਲੱਖ ਰੁਪਈਏ ਦੀ ਕਬੱਡੀ ਪਾਉਂਦਾ ਤੇ ਕਰੋੜਾਂ 'ਚ ਹੀ ਖੇਡਦਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪਿੰਡੂ ਕਿੱਤਾ ਚੱਲਣ 'ਚ ਬਾਈ ਜੀ ਸਵਾਗਤ ਕਰਦੇ ਹਾਂ ਅਤੇ ਆਪਾਂ ਫਿਰ ਕੋਟਕਪੂਰਾ ਦੀ ਮੰਡੀ ਦੇ ਵਿੱਚ ਆ ਗਏ। ਟਾਈਮ ਹੋ ਗਿਆ ਜਾਨੀ 6:30 ਵਜੇ ਬਾਈ, ਲੇਟ ਇਸੇ ਕਰਕੇ ਆਈਦਾ ਵੀ ਜਿਹੜੇ ਆੜਤੀ ਵੀਰ ਆ ਉਹਦੇ ਨੂੰ ਫਰੀ ਹੋ ਜਾਂਦੇ ਨਾ, ਉਹਦੇ ਨੂੰ ਗੱਲਬਾਤ ਹੋ ਜਾਂਦੀ ਹੈ, ਜਿਹੜੀਆਂ ਆਪਾਂ 2-4 ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਜਾਂ ਕਾਰੋਬਾਰ ਦੇ ਸੰਬੰਧੀ ਪੁੱਛਣਾ ਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣਗੇ ਜਾਂ ਘਟਣਗੇ, ਉਹ ਗੱਲਾਂ ਬਾਤਾਂ ਬਾਅਦ 'ਚੋਂ ਹੁੰਦੀਆਂ ਨਹੀਂ। ਕਿਸੇ ਦਿਨ ਆਪਾਂ ਸਦਿਆਂ ਆ ਕੇ ਵੀਡੀਓ ਬਣਾਵਾਂਗੇ, ਪਰ ਇਸ ਟਾਈਮ ਹੋ ਗਿਆ ਜਿਹੜੇ 6:30 ਹੋ ਗਏ। ਪਹਿਲੇ ਨੰਬਰ 'ਤੇ ਬਈ ਅਮਰੂਦ ਪਏ ਆ, ਕੁਆਲਿਟੀ ਤੁਹਾਨੂੰ ਵਿਖਾ ਦਈਏ ਅਮਰੂਦਾਂ ਦੀ ਯਾਰ, ਅਤੇ ਕੁਆਲਿਟੀ ਜਿਹੜੀ ਬਈ ਤੁਹਾਨੂੰ ਸਿਰੇ ਵਾਲੀ ਚੀਜ਼ ਵਿਖਾਈ ਹੈ ਬਾਈ, ਕੀ ਵਾਲਾ ਭਰਾ ਵਧੀਆ ਬਾਈ, ਬਾਈ ਕੀ ਵਾਲਾ ਜੀ, ਆਹ ਕਿਹੜੇ ਅਮਰੂਦ ਆ ਬਾਈ, ਇਹ ਕੀ ਰੇਟ ਵਿਕ ਗਏ ਆ? ਇਹ ਬੜੀ ਯਾਰ ਕੁਆਲਿਟੀ ਹੈ ਨਾ, ਘੇਟ ਆ ਇਹ 65-70 ਵਾਲੀ ਕੁਆਲਿਟੀ ਆ ਬਾਈ। ਹੋਰ ਕੀ ਵਾਲਾ? ਠੀਕ ਆ, ਹੋਰ ਕੀ ਆਇਆ ਸੀ ਬਾਈ ਆਪਣੇ? ਜਾਮਣ ਕੀ ਰੇਟ ਵੈਗੀ? ਪਰ ਜਾਮਣ 80-85 ਰੁਪਏ, ਜਾਮਣ ਬਈ 80-85 ਰੁਪਈਏ ਵੈਗੀ ਆ, ਤੇ ਇਹ ਜਿਹੜੇ ਆ 65-70 ਰੁਪਈਏ ਜਿਹੜੀ ਸਿਰੇ ਦੀ ਕੁਆਲਿਟੀ ਵਾਲੇ ਵੈਗੀ ਆ, ਤੇ 20 ਕੁ ਕਿਲੋ ਦੇ ਨੇੜੇ ਤੇੜੇ ਦਾ ਜਿਹੜੀ ਭਰਤੀ ਹੁੰਦੀ ਆ ਭਰਾ। ਤੇ ਬਾਕੀ ਹੋਰ ਤਾਂ ਨਹੀਂ ਵਰਾਇਟੀ ਬਾਈ ਕੋਈ ਵੀ, ਹੈ ਨਾ ਬਾਈ? ਇਹੀ ਵਰਾਇਟੀ ਆ ਬਾਈ, ਪਹਿਲੇ ਨੰਬਰ ਦੁਕਾਨ 'ਤੇ ਖੜੇ ਹਾਂ ਬਾਈ, ਜਿੱਥੋਂ ਦੇ ਰੇਟ ਤੁਹਾਨੂੰ ਬਾਈ ਵਿਖਾਉਣੇ ਰਹਿੰਦੇ ਹਾਂ, ਇੱਧਰ ਪਹਿਲੇ ਨੰਬਰ ਦੁਕਾਨ ਆ ਗਈ ਆ, ਅਤੇ ਬਾਕੀ ਸਬਜ਼ੀ ਦੇ ਰੇਟ ਪਤਾ ਕਰਕੇ ਆਉਂਦੇ ਹਾਂ ਬਾਈ, ਕੀ ਚੱਲੀ ਜਾਂਦੇ ਆ ਸਬਜ਼ੀ ਦੇ ਰੇਟ ਜਿਹੜੇ ਆ, ਆਇਓ ਤੁਹਾਨੂੰ ਵਿਖਾ ਕੇ ਆਈਏ। ਫਿਲਹਾਲ ਇੱਧਰ ਯਾਰ ਮਟਰ ਹੀ ਪਏ ਆ, ਹਰੇ ਇਕੱਲੇ ਮਟਰ ਰਹਿ ਜਾਂਦੇ ਆ, ਅਤੇ ਪੁੱਛਦੇ ਬਾਈ ਤੋਂ ਗੱਲਬਾਤ ਕਰਦੇ। ਹੋਰ ਭਰਾ ਕੀ ਵਾਲਾ ਬਾਈ? 6:30 ਹੋ ਗਏ ਬਾਈ, ਤੇ ਮੈਂ ਹੋ ਜਾਂਦਾ ਲੇਟ, ਤੇ ਕੀ ਕੁਛ ਸੀਗਾ ਅੱਜ ਆਪਣੇ ਕੋਲ? ਬਸ ਇਕੱਲਾ ਮਟਰ ਹੀ ਹੈਗਾ, ਹੋਰ ਤਾਂ ਕੁਛ ਹੈ ਨਹੀਂ। ਪਹਿਲਾਂ ਹੋਊਗਾ? ਨਹੀਂ ਸੌਦਾ ਹੀ ਨਹੀਂ ਆਇਆ ਅੱਜ, ਵੀ ਅੱਜ ਆਇਆ ਨਹੀਂ ਜਮਾ। ਇਹ ਕੀ ਰੇਟ ਹੈ ਹੀ ਨਹੀਂ ਗੇ, ਪਿੱਛੇ ਸੌਦਾ ਹੀ ਨਹੀਂ ਖੇਤਾਂ 'ਚ। ਇਹ ਕੀ ਰੇਟ ਆ ਬਾਈ? ਮਟਰ 110-120 ਬਸ, 110-120 ਤੇ ਆਪਾਂ ਬਾਹਰੋਂ ਮੰਗਾ ਲਿਆ ਕਰੀਏ ਮਾੜੀ ਮੋਟੀ ਹਿਮਾਚਲ 'ਚੋਂ। ਹਾਂ ਹਿਮਾਚਲ 'ਚ ਤਾਂ ਆਈ ਜਾਂਦਾ ਸੌਦਾ, ਵਾਧੂ ਆਈ ਜਾਂਦਾ, ਗੋਭੀ ਆਈ ਜਾਂਦੀ ਹੈ। ਆਪਣੀ ਦੁਕਾਨ 'ਤੇ ਨਹੀਂ ਆਇਆ ਅੱਜ? ਇਹ ਆਪਣੇ ਕੋਲ ਲੋਕਲ ਸੌਦੇ ਹੁੰਦੇ, ਆਪਣੇ ਕੋਲ ਲੋਕਲ ਸੌਦੇ ਹੁੰਦਾ। ਇਹ 100-120 ਰੁਪਈਏ ਜਿਹੜਾ ਰੇਟ ਬਾਈ ਚੱਲੀ ਜਾਂਦਾ, ਤੇ ਬਾਕੀ ਬਾਈ ਕਦੋਂ ਰੋਣ ਲੱਗ ਜੂ ਆਪਣੇ ਸਮਾਨ ਯਾਰ, ਜੇ ਆਪਣੀ ਦੁਕਾਨ ਤੋਂ? ਬਸ ਹੁਣ ਗੋਭੀ ਚੱਲਣੀ ਹੈਗੀ। ਕਿੰਨੇ ਦਿਨਾਂ 'ਚ? ਉਹ ਚੱਲ ਪੂਗੀ ਵੀ 3 ਮਹੀਨਿਆਂ ਤੱਕ, 2-3 ਮਹੀਨੇ ਤੱਕ, ਉਹਨਾਂ ਚਿਰ ਕਾਰੋਬਾਰ ਆਪਣਾ ਠੱਪ ਗਿਆ। ਹਾਂ ਚੱਲੀ ਜਾਂਦਾ ਗਾ, ਬਸ ਮਾਡਲ ਕਰੀਦਾ ਗਾ। ਹਾਂ ਤੇ ਮਿਰਚਾਂ ਵੀ ਆਪਣੇ? ਮਿਰਚ ਉੱਧਰ ਆ ਆਪਣੇ ਗਵਾਂਢਾਂ ਦੇ। ਹੋਰ ਭਰਾ ਠੀਕ ਹੈ? ਕਹਿ ਵਾ ਵਧੀਆ ਬਾਈ, ਹਰੇ ਮਟਰ ਆਇਆ ਬਾਈ ਕੋਲੇ ਇੱਧਰ, ਤੇ ਬਾਕੀ ਹੋਰ ਵੀ ਵਰਾਇਟੀਆਂ ਪਾਈਦੇ ਆ ਬਾਈ ਨੇ, ਇੱਥੇ ਡੇਰਾ ਲੱਗਿਆ ਹੁੰਦਾ ਹੋਰ ਬਾਈ ਕੀ ਵਾਲਾ? ਠੀਕ ਹੈ ਜੀ, ਵਧੀਆ। ਹੋਰ ਸੈੱਟ ਆ ਕੰਮ? ਜਾਵਾਂ। ਤੇ ਬਾਈ ਮਟਰ ਕੀ ਆ, ਹਰੀਆਂ ਮਿਰਚਾਂ ਕੀ ਰੇਟ? 20 ਰੁਪਏ, ਇਹ 20 ਰੁਪਈਏ ਕਿਲੋ। ਤੇ ਹੋਰ ਕੀ ਆਇਆ ਸੀ ਬਾਈ ਆਪਣੇ? ਤੂਰੀ ਆਈ ਸੀ ਬਾਈ। ਠੀਕ ਆ, ਉਹ 60 ਰੁਪਏ, ਉਹ 60 ਰੁਪਈਏ ਹੋ ਗਈ ਹੈ। 50 ਕਿਤੇ ਨੇੜੇ ਤੇੜੇ ਚੱਲੀ ਜਾਂਦੀ ਸੀ? ਨਹੀਂ 60 ਰੁਪਈਏ। ਤੇ ਹੋਰ ਬਾਈ? ਭਿੰਡੀ ਸੀ ਬਾਈ, ਉਹ ਕੀ ਰੇਟ? 55। ਭਿੰਡੀ ਬਾਈ 55 ਰੁਪਈਏ ਫਿਲਹਾਲ, ਵਰਾਇਟੀ ਮੁੱਕ ਗਈ। ਆਹ ਭਿੰਡੀ ਕਿਹੋ ਜੀ ਪਈ ਹੈ ਕੁਆਲਿਟੀ? ਇਹ ਬੇਕਾਰ ਆ ਜਮਾਂ। ਤੇ ਆਹ ਬਾਈ ਜਾਨੀ 25-30 ਰੁਪਈਏ ਨੇੜੇ ਤੇੜੇ ਜਿਹੜੀ ਹਰੀ ਮਿਰਚ ਚੱਲੀ ਜਾਂਦੀ ਆ ਭਰਾ, 20 ਰੁਪਈਏ ਨੇੜੇ ਤੇੜੇ, 20-25, ਤੇ ਕੁਆਲਿਟੀ ਦੇ ਸਿਰ ਤੇ 30 ਰੁਪਈਏ ਜਿਹੜੀ ਮਿਰਚ ਚੱਲੀ ਜਾਂਦੀ ਆ। ਹੋਰ ਠੀਕ ਆ ਬਾਈ, ਕਹਿਵਾਂ ਸਿੱਧ? ਹੋਰ ਭਰਾ ਠੀਕ ਆ? ਆਪਾਂ ਨਹੀਂ ਲਿਆਉਂਦੇ ਹੁਣ ਸਬਜ਼ੀ ਕੋਈ? ਤੋਰੀਆਂ ਲਿਆਉਂਦੀਆਂ, ਕਿਲੇ ਚੰਗੀਆਂ ਵਿਕ ਜਾਂਦੀਆਂ, ਵਧੀਆ ਰਹਿ ਗਏ ਤੋਰੀ ਲਾ ਕੇ, ਹੈ ਨਾ? ਇੱਥੇ ਸਬਜ਼ੀ ਹੈ ਨੀ ਹੁਣ? ਠੀਕ ਆ ਬਾਈ, ਆ ਜਾਓ ਕਰਾਂ ਨਹੀਂ ਚੱਲੀ ਆ ਭਰਾ। ਤੇ ਹੋਰ ਤੁਹਾਨੂੰ ਰੇਟ ਵਿਖਾਉਣੇ ਬਈ ਯਾਰ, ਕੱਲ੍ਹ ਕਮੈਂਟ ਕਰੀ ਜਾਂਦਾ ਸੀ ਬਾਈਆਂ ਨੇ, ਕਹਿੰਦੇ ਸੰਜੂ ਹੈਨੀ ਗਾ, ਸੰਜੂ ਹੈਨੀ ਗਾ, ਅੱਜ ਸਾਨੂੰ ਸੰਜੂ ਕੋਲੇ ਲੈ ਚੱਲਦੇ ਆ ਬਾਈ ਫਿਲਹਾਲ, ਕਿਉਂਕਿ ਇੱਕ ਗੇੜਾ ਪਰਾਂ ਨੂੰ ਲਾਈਦਾ ਮੰਡੀ ਦਾ, ਤੇ ਇੱਕ ਗੇੜਾ ਲਾਈਦਾ ਉਹਨਾਂ ਨੂੰ। ਤੇ ਇੱਧਰ ਟਮਾਟਰ ਪਏ ਆ ਤੇ ਕੇਲੇ ਪਏ, ਤੇ ਹੋਰ ਰੇਟ ਪਤਾ ਕਰਦੇ ਆ ਬਾਈਆਂ ਤੋਂ ਵੀ ਜਿਹੜੇ ਕੇਲਿਆਂ ਦੇ ਰੇਟ ਜਿਹੜੇ ਅੱਜ ਕੀ ਚੱਲੀ ਜਾਂਦੇ ਬਾਈ। ਇਹ ਕੁਆਲਿਟੀ ਕੀ ਵਾਲਾ ਬਾਈ? ਹੋਰ ਜੀ ਬਾਊ ਜੀ ਠੀਕ ਆ? ਬਾਊ ਜੀ ਇਹ ਕੇਲੇ ਕੀ ਕਰਦੇ ਅੱਜ ਜੀ?
ਨਾਸ਼ਪਤੀ ਉਹ ਬੰਦਰ ਠੀਕ ਆ ਆਪਣੇ ਕੋਲ ਇੱਧਰ ਕੀ ਕਹੋ ਪਿਆ ਬਾਈ ਗੱਲਬਾਤ ਸੇਠ ਜੀ ਨਾਲ ਕਰ ਲਿਆ ਕਰੋ ਹੋਰ ਕਹਿਮਾ ਸਿੱਧਾ ਹੁਣ ਮੌਸਮ ਦਾ ਫਰਕ ਪੈ ਗਿਆ ਹਨਾ ਤੇ ਨਿੰਬੂ ਕੀ ਰੇਟ ਆ ਜੀ ਸਬਜ਼ੀ ਆਪਣੇ ਕੋਲ ਤਾਂ ਬਾਈ ਭਰ ਭਰ ਕੇ ਮੰਡੀ ਚ ਆਉਂਦੀ ਘੱਟ ਆ ਯਾਰ ਬਾਈ ਹੈ ਬਾਈ ਮੰਗਾਉਂਦੇ ਹਿਮਾਚਲ ਤੋਂ ਗੋਭੀ ਹਿਮਾਚਲ ਵਾਲੀ ਗੋਭੀ ਆ ਗਈ ਬਾਈ ਤੇ ਤੋਰੀ ਆਪਣੀ ਲੋਕਲ ਆ ਗਈ ਤੇ ਖੀਰੇ ਆ ਗਏ ਤੇ ਟਮਾਟਰ ਆ ਗਏ ਬਾਈ ਨਿੰਬੂ ਆ ਗਏ ਤੇ ਉਹ ਚਾਰੀ ਮਿਰਚਾਂ ਬਾਈ ਚਾਰੀ ਮਿਰਚਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਮੈਂ ਖਿਲਾ ਦਈਏ ਤੇ ਹਿਸਾਬ ਕਿਤਾਬ ਕਰ ਲਓ ਬਾਈ ਕੋਈ ਗੱਲ ਨੀ ਤੇ ਬਾਈ ਇੱਥੋਂ ਸ਼ੁਰੂ ਕਰੀਏ ਇਹਦਾ ਕੀ ਰੇਟ ਆ ਇਹਦਾ ਵੀਰੇ ਜਿਹੜਾ ਚੰਗਾ ਟਮਾਟਰ ਆ ਉਹ ਵੀ ਗਿਆ ਜੇ ਸਮਝ ਲਓ 35 ਰੁਪਏ ਕਿਲੋ ਠੀਕ ਆ ਨਿੰਬੂ ਆ ਗਿਆ ਚੰਗੀ ਕੁਆਲਿਟੀ ਸੱਤਰ ਰੁਪਏ ਯਾਰ ਚਾਰ ਪੌਣ ਵਾਲਾ ਕਦੋਂ ਕਰ ਦੋਗੇ ਚਾਰ ਪੌਣ ਵਾਲਾ ਹੋਈ ਜਾਂਦਾ ਬਸ ਹੁਣ ਹੋਈ ਜਾਣਾ ਇੱਕ ਵਾਰੀ ਜਦੋਂ ਵੀ ਪੈ ਗਿਆ ਉਦੋਂ ਚਾਰ ਪੌਣ ਵਾਲਾ ਮੀਂਹ ਆਪਣੇ ਯਾਰ ਘੱਟ ਪਏ ਹੈਗੇ ਨਾ ਪਏ ਨੀ ਕੜੇ ਨੀ ਤੇ ਬਾਈ ਗੋਭੀ ਕੀ ਗੱਲ ਕਰੀਏ ਹਿਮਾਚਲ ਦੀ 40-42 ਇਹ 40-42 ਰੁਪਏ ਬਾਈ ਵਰਾਇਟੀ ਬਹੁਤ ਰੱਖੀ ਬੈਠੇ ਬਾਈ ਨੀ ਇੱਧਰ ਸੇ ਆ ਗਏ ਬਾਈ ਇਹ ਕਿੱਥੋਂ ਦੇ ਆ ਗਏ ਭਰਾ ਇਹ ਵੀ ਹਿਮਾਚਲ ਦਾ ਸੇ ਆ ਗਿਆ ਬਾਈ ਇਹ ਗੱਲ ਆ ਇਹ ਆ ਗਿਆ ਗੱਲ ਆ ਸੇ ਮੀਡੀਅਮ ਗੱਲ ਆ ਠੀਕ ਹੈ ਜੀ ਇਹਦਾ ਰੇਟ 120 ਰੁਪਏ ਗੱਲ ਸਿਰਫ ਹੀ ਹਾਂ 120 ਰੁਪਏ ਦੇ ਨੇੜ ਤੇੜ ਬਾਈ ਜਿਹੜਾ ਤੁਹਾਨੂੰ ਇਹ ਸੇਮ ਮਿਲ ਜਾਂਦਾ ਕੁਆਲਿਟੀ ਚੈੱਕ ਕਰ ਲਓ ਜੇ ਵਧੀਆ ਇੰਨੇ ਚ ਬਾਈ ਆਉਂਦਾ ਵੀ ਕੀ ਆ ਯਾਰ ਬਿਲਕੁਲ ਗੱਲ ਆ ਸੇਮ ਆ ਕੀ ਆ ਗਿਆ ਬਾਈ ਇਹ ਕਿਹੜਾ ਇਹਨੂੰ ਮਤਲਬ ਗੱਲੇ ਦੀ ਕੁਆਲਿਟੀ ਕਹਿ ਦਿੰਦੇ ਆ ਪਰ ਇਹ ਹੈਗਾ ਗੋਲਡਨ ਦੀ ਕੁਆਲਿਟੀ ਹੈ ਠੀਕ ਹੈ ਇਹ ਖਾਣ ਵਾਲਾ ਹੈ ਬਈ ਜੂਸੀ ਬਹੁਤ ਮਿੱਠਾ ਜੂਸੀ ਹੁੰਦਾ ਵੈਸੇ ਮਿੱਠਾ ਵੀ ਹੁੰਦਾ ਜੂਸੀ ਵੀ ਦੋਵੇਂ ਕੰਮ ਹੀ ਕਰਦੇ ਇਹਦਾ ਰੇਟ ਬਾਈ ਇਹ ਰੇਟ ਬਾਈ 120 ਰੁਪਏ ਇਹਦਾ ਵੀ 120 ਰੁਪਏ ਰੇਟ ਆ ਗਿਆ ਬਾਈ ਤੇ ਅੱਗੇ ਬਈ ਆ ਗਿਆ ਨਾਖ ਇਹਨੂੰ ਨਾਖ ਕਹਿੰਦੇ ਆ ਬੱਬੂ ਦਾ ਅਲੱਗ ਚੀਜ਼ ਹੁੰਦੀ ਹੈ ਠੀਕ ਹੈ ਨਾ ਤਾਂ ਇਹ ਦੂਜੀ ਆਪਣੀ ਕੀ ਨਾਖ ਇਹਦਾ ਕੀ ਰੇਟ ਆ ਬਾਈ ਇਹ ਵੀ ਗਿਆ 75 ਰੁਪਏ ਇਹ ਬਾਈ 75 ਰੁਪਏ ਇਹ ਮਤਲਬ ਉਹਨਾਂ ਦੀ ਨਾਸ਼ਪਾਤੀ ਤੇ ਬੱਬੂ ਕੋਸ਼ੇ ਦੀ ਇੱਕੋ ਜੀ ਆ ਗਈ ਹਨਾ ਤੇ ਅੱਗੇ ਗੱਲ ਕਰੀਏ ਬਾਈ ਇਹਦਾ ਹੋਰ ਕੁਆਲਟੀਆਂ ਬਾਈ ਫਲ ਫਰੂਟ ਬਾਈ ਸੇ ਪਿਆ ਸੇ ਆ ਪਿਆ ਇੱਕ ਸੇ ਆ ਪਿਆ ਬਾਈ ਨਾਖਾਂ ਬਹੁਤ ਪਈਆਂ ਬਾਈ ਇਹਨੂੰ ਕਹਿੰਦੇ ਆ ਰੈੱਡ ਕੁਆਲਿਟੀ ਠੀਕ ਹੈ ਬਾਈ ਇਹਦਾ ਕੀ ਰੇਟ ਆ ਭਰਾ ਇਹ ਵੀਰੇ 200 ਰੁਪਏ ਕਿਲੋ ਵੀ ਗਿਆ ਇਹ ਬਾਈ 200 ਰੁਪਏ ਮੰਡੀ ਦੇ ਵਿੱਚ ਅੰਦਰ ਤੇ ਵੇਟ ਬਾਈ ਸਾਰਾ ਦਾ ਕਿੰਨਾ 15-16 ਕਿਲੋ 15-16 ਕਿਲੋ ਆ ਰੈੱਡ ਦਾ ਮੀਡੀਅਮ ਆ ਵਾਲਾ ਇਹਦਾ ਮੀਡੀਅਮ ਆ ਠੀਕ ਹੈ ਭਰਾ ਇਹ ਵੀ ਗਿਆ 130 ਰੁਪਏ ਇਹ ਬਾਈ 130 ਰੁਪਏ ਕਿਲੋ ਇਸੇ ਦਾ ਮੀਡੀਅਮ ਹੈ ਇਹ ਬਾਈ ਮਾਲ ਕਿੰਨਾ ਕਾ ਆਪਣੇ ਕੋਲੇ ਆ ਜੇ ਨਾਖਾਂ ਦੀ ਗੱਲ ਕਰੀਏ ਗੱਡੀ ਖੜੀ ਆ ਵੇਖ ਲਓ ਹੁਣੇ ਗੱਡੀ ਆਈ ਆ ਬਾਈ ਨਾਖਾਂ ਦੀ ਜਾਨੀ ਮਾਲ ਲਵਾਈ ਜਾਂਦੇ ਬਾਈ ਨਹੀਂ ਤੇ ਅੱਜ ਹੀ ਇਹ ਮੇਰੇ ਹਿਸਾਬ ਨਾਲ ਬੈਕ ਜਾਣਾਗਾ ਜਿਹੜਾ ਮਾੜਾ ਮੋਟਾ ਰਹੇ ਬਾਈ ਨਾਲ ਫੋਨ ਦੇਵਾਂ ਨੰਬਰ ਦੇਵਾਂਗੇ
ਤੇ ਉਹ ਤੁਸੀਂ ਲਿਜਾ ਸਕਦੇ ਆ ਬਾਈ ਹਨਾ ਰੋਇਲ ਇਹਨੂੰ ਕਹਿੰਦੇ ਰੋਇਲ ਇਹ ਰੋਇਲ ਬਾਈ ਇਹ ਜਿਵੇਂ ਕਸ਼ਮੀਰ ਚੋਕ ਦਾ ਉਹਦੇ ਨਾਲ ਦੀ ਕੁਆਲਿਟੀ ਹੁੰਦੀ ਹੈ ਹਿਮਾਚਲ ਚੋਂ ਆਉਂਦੀ ਹੈ ਇਹ ਵੈਸੇ ਸ਼ਿਮਲੇ ਕੰਨੀ ਹੁੰਦਾ ਠੀਕ ਆ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਕੁਆਲਿਟੀ ਬਹੁਤ ਇਹਦਾ ਰੇਟ ਬਾਈ ਇਹਦਾ ਵੀਰੇ 100 ਰੁਪਏ ਕਿਲੋ ਇਹ 100 ਰੁਪਏ ਕਿਲੋ ਬਾਈ ਜਿਹੜਾ ਇਹ ਖਾ ਸਕਦੇ ਯਾਰ ਬੰਦੇ ਵਧੀਆ ਨਜ਼ਾਰੇਦਾਰ ਨਾਲੇ ਖਾਣ ਵਾਲਾ ਸੀ ਆ ਬਾਈ ਇਹ 100 ਰੁਪਏ ਕਿਲੋ ਜਿਹੜਾ ਚੱਲੀ ਜਾਂਦਾ ਜਿਹਨੇ ਘੱਟ ਪੈਸੇ ਲਾਉਣੇ ਆ ਉਹ ਵੀ ਸਮਾਨ ਪਿਆ ਜਿਹਨੇ ਵੱਧ ਲਾਉਣੇ ਉਹ ਵੀ ਉਹ ਇਸੇ ਦਾ ਮੀਡੀਅਮ ਆ ਪਿਆ ਉਹਦਾ ਇੱਕ ਨੰਬਰ ਆ ਉਹਦਾ ਛੋਟਾ ਸਾ ਜਾ ਰਿਹਾ ਠੀਕ ਹੈ 80 ਰੁਪਏ ਕਿਲੋ ਇਹ 80 ਰੁਪਏ ਕਿਲੋ ਸਿਰਫ ਹੀ ਬਈ ਆਪਣੇ ਸੇ ਲੱਗੀ ਜਾਂਦਾ ਵਧੀਆ ਵਧੀਆ ਕੋਟਕਪੂਰੇ ਸ਼ਹਿਰ ਦੇ ਵਿੱਚ ਬਾਹਰ ਵੀ ਜਾਂਦਾ ਆਪਣੇ ਬਸ ਆਪਣਾ ਵੀ ਆਪਣਾ 20-30 ਕਿਲੋਮੀਟਰ ਦਾ ਰੇਡੀਅਸ ਹੈ ਠੀਕ ਹੈ ਆਪਣਾ ਮਾਲ ਜਾਂਦਾ ਕਈ ਵਾਰ ਛੋਟੀਆਂ ਪਿੰਡ ਹੋ ਗਏ ਜੱਤੋ ਭਗਤਾ ਇੱਥੇ ਜੱਤੋ ਮੰਡੀ ਚ ਜਾਂਦਾ ਆਪਣੇ ਜੱਤੋ ਜਾਂਦਾ ਭਗਤੇ ਜਾਂਦਾ ਭਗਤੇ ਜਦੋਂ ਨੇੜੇ ਤੇੜੇ ਜ਼ਿਆਦਾ ਲੰਬਾ ਨਹੀਂ ਠੀਕ ਹੈ ਯਾਵਾ ਤੋਂ ਬਾਗਾ ਪੁਰਾਣਾ ਇੰਨਾ ਏਰੀਆ ਆਪਾਂ ਕਵਰ ਕਰਦੇ ਹਾਂ ਇੰਨਾ ਏਰੀਆ ਕਵਰ ਕਰਦੇ ਹਾਂ ਬਾਕੀ ਜਿੱਥੋਂ ਆਉਂਦਾ ਕੋ ਆਰਡਰ ਤੇ ਵੀ ਦਿੰਦਾ ਜਿਹੜੇ ਵੀਰ ਭਰਾ ਨੇੜੇ ਨੇੜੇ ਦੇ ਵੀਡੀਓ ਵੇਖਦੇ ਆ ਨਾ ਬਾਈ ਨਾਲ ਸੰਪਰਕ ਕਰ ਲਿਆ ਕਰ ਜੇ ਸੇ ਦੀ ਗੱਡੀ ਚਾਹੀਦੀ ਹਿਮਾਚਲ ਸੇ ਚਾਹੀਦਾ ਆਪਾਂ ਨੂੰ ਤਾਂ ਬਾਈ ਕੋਲੇ ਸਾਰੀ ਵਰਾਇਟੀ ਅਵੇਲੇਬਲ ਹੁੰਦੀ ਆ ਯਾਰ ਹੋਰ ਆਪਣੇ ਕੋਲੇ ਬਈ ਦਰਾੜੂ ਵੀ ਪਏ ਵੇ ਇਹ ਸਾਰਾ ਉਹ ਬੈਕ ਤਾਂ ਆੜੂ ਕਾਲਾ ਇਹਨੂੰ ਆ ਪਿਆ ਆੜੂ ਠੀਕ ਆ ਬਾਈ ਇੱਕ ਛਾਂਟ ਰਹਿ ਗਿਆ ਆੜੂ ਹਲਕਾ ਇਹ ਛਾਂਟ ਰਹਿ ਗਿਆ ਇਹ ਵੈਸੇ ਸਿਰੇ ਦੀ ਕੁਆਲਿਟੀ ਕਿੰਨਾ ਵਿਕਿਆ ਭਰਾ ਸਿਰੇ ਦੀ ਕੁਆਲਿਟੀ 70-20 ਠੀਕ ਆ ਹਾਂ ਹਾਂ ਇਹਦੀ ਗੱਲ ਕਰੀਏ ਬਾਈ ਇਹ ਬਾਈ ਮੀਡੀਅਮ ਰਹਿ ਗਿਆ ਬੀਐਚ ਬਲੈਕ ਹੈਮਰ ਕਹਿੰਦੇ ਇਹਨੂੰ ਠੀਕ ਆ ਕਾਲਾ ਆਲੂ ਬੁਖਾਰਾ ਹੁੰਦਾ ਇਹਦਾ ਰੇਟ ਬਾਈ ਇਹ ਮੀਡੀਅਮ 50 ਰੁਪਏ ਕਿਲੋ ਜਾਨੀ ਇਹ ਟੋਟਲ ਸਾਰੀ ਵੈਰਾਈਟੀ ਬਾਈ ਆਪਣੇ ਹਾਂ ਸਾਰੀ ਵੈਰਾਈਟੀ ਬਾਈ ਆ ਬਾਈ ਦਾ ਨੰਬਰ ਦੇਣ ਲੱਗਿਆ ਤੁਹਾਨੂੰ ਹੋਰ ਭਰਾ ਕੀ ਵਾਲਾ ਤੇ ਨੰਬਰ ਬਾਈ ਦਾ ਦੇਣ ਲੱਗਿਆ ਤੁਹਾਨੂੰ ਕਨੈਕਟ ਜ਼ਰੂਰ ਕਰ ਲਿਓ ਨੰਬਰ ਬੋਲ ਦਿਓ ਬਾਈ 9784549769 9784549769 ਨੰਬਰ ਆ ਗਿਆ ਬਾਈ ਦਾ ਤੇ ਕਨੈਕਟ ਕਰ ਲਿਓ ਤੁਹਾਨੂੰ ਵਰਾਇਟੀ ਢੇਰ ਲੱਗੀ ਮਿਲ ਜੂਗੀ ਇੱਧਰ ਆ ਹੋਰ ਬੁਰੇ ਹਾਲੇ ਗੱਡੀ ਬਾਈ ਹੁਣੇ ਆਈ ਹੈ ਨਾਲੇ ਤੇ ਮਾਲ ਵਿਕਣਾ ਸ਼ੁਰੂ ਹੋ ਜਾਣਾ ਹੋਰ ਤੇ ਹੋਰ ਠੀਕ ਹੈ ਭਰਾ ਠੀਕ ਹੈ ਇਹ ਆਪਣੀ ਆ ਗਈ ਬਾਈ 2 ਨੰਬਰ ਦੁਕਾਨ ਤੇ 2 ਨੰਬਰ ਦੁਕਾਨ ਤੇ ਖੜੇ ਆ ਬਾਈ ਠੀਕ ਹੈ ਭਰਾ ਓਕੇ ਭਈਆ ਰੋਮੀ ਕਹਿੰਦੇ ਨੇ ਇਸ ਗੱਬਰੂ ਨੂੰ ਰੋਮੀ ਕਹਿੰਦੇ ਲੱਖ ਰੁਪਏ ਦੀ ਕਬੱਡੀ ਪਾਉਂਦਾ ਤੇ ਕਰੋੜਾਂ 'ਚ ਹੀ ਖੇਡਦਾ ਨਾ ਭਰਾਵਾ ਲੈ ਬਾਈ ਪਹਾੜੀ ਮਿਰਚ ਦੀ ਗੱਲ ਕਰੀਏ ਹਿਮਾਚਲ ਦੀ ਬਾਈ ਦੱਸਣ ਲੱਗਿਆ ਵਰਾਇਟੀ ਇਹ ਬਾਈ ਕੀ ਰੇਟ ਆ 50 ਰੁਪਏ ਇਹ ਬਾਈ 50 ਰੁਪਈਆ ਕਿਲੋ ਚੱਲ ਪਈ ਆ ਤੇ ਜਿਹੜੀ ਆ ਮਿਰਚ ਚੱਲ ਪਈ ਇਧਰ ਐਂ ਕੜੱਥਣ ਵਾਲੀ ਇਹਦਾ ਕੀ ਰੇਟ ਆ ਹਿਮਾਚਲ ਵਾਲੀ ਮਿਰਚ ਆ ਗਈ ਕੀ ਰੇਟ ਆ 40 ਇਹ ਵੀ 40 ਰੁਪਈਆ 40 ਦੇ ਕਹਿੰਦੇ ਅੱਜ ਸੱਟਾਂ ਤਾਂ ਨਹੀਂ ਲਾਉਣਗੇ 40 ਨਹੀਂ ਗੰਦੇ ਕੰਮ ਨਹੀਂ ਕਰਦੇ ਤੇ ਆ ਬਾਈ ਅਰਬੀ 30 ਰੁਪਏ ਅਰਬੀ 30 ਰੁਪਈਆ ਕਰਤੀ ਮੈਂ ਤਾਂ ਕਿਹਾ ਇਹਦੀ ਵੀ ਆਵਾਜ਼ 40 ਦਊਗਾ ਕਿਤੇ 30 ਰੁਪਈਆ ਕਿਲੋ ਜਿਹੜੀ ਅਰਬੀ ਕਰਤੀ ਆ ਭਰਾ ਨੇ ਇੱਧਰ ਤੇ ਬਾਈ ਕਹਿੰਦੇ ਵਰਾਇਟੀ ਨਹੀਂ ਆਉਂਦੀ ਮੰਡੀ 'ਚ ਵਰਾਇਟੀ ਨਹੀਂ ਆਉਂਦੀ ਇੱਧਰ ਵਰਾਇਟੀ ਕਹਿੰਦੇ ਭਰ ਭਰ ਕੇ ਪਈ ਆ ਬੰਦ ਗੋਭੀ ਤੇ ਆ ਬਾਈ ਬੰਦ ਗੋਭੀ ਖੀਰਾ ਬੰਦ ਗੋਭੀ ਕੀ ਰੇਟ ਆ 35 ਰੁਪਏ ਇਹ ਬਾਈ 35 ਰੁਪਈਏ ਕਿਲੋ ਜਿਹੜੀ ਬੰਦ ਗੋਭੀ ਚੱਲੀ ਜਾਂਦੀ ਇਹਦੀ ਘੱਟੋ ਘੱਟ 20 ਕਿਲੋ ਦੀ ਭਰਤੀ ਆ ਤੁਹਾਨੂੰ ਦੱਸ ਦਈਏ 20 ਦੀ ਹੋਊਗੀ ਹਾਂ ਹਾਂ ਤੇ ਜਿਹੜਾ ਖੀਰਾ ਆ ਗਿਆ ਬਾਈ ਇਹ ਵੀ 20 ਕਿਲੋ ਆ ਨਹੀਂ ਹਾਂ ਅੱਗੇ 25 ਕਿਲੋ ਇਹ 25 ਕਿਲੋ ਬਾਈ ਇਹਦਾ ਰੇਟ ਆ 30 ਰੁਪਏ ਇਹ 30 ਰੁਪਈਏ ਕਿਲੋ ਬਾਈ ਜਿਹੜਾ ਚੱਲੀ ਜਾਂਦਾ ਤੇ ਇੱਧਰ ਆ ਗਿਆ ਬਾਈ ਵੈਂਗਣਾ ਵੈਂਗਣਾ ਇਹਦਾ ਕੀ ਰੇਟ ਆ 35 ਰੁਪਏ ਇਹ ਬਾਈ 35 ਰੁਪਈਏ ਕਿਲੋ ਜਿਹੜਾ ਚੱਲੀ ਜਾਂਦਾ ਤੇ ਛੋਟਾ ਚੂਚੂ ਇੱਕੋ ਰੇਟ ਹੀ ਆ ਬਾਈ 35 ਰੁਪਈਏ ਚੂਚੂ ਤੇ ਵੈਂਗਣ ਵੀ 35 ਰੁਪਈਏ ਚੱਲੀ ਜਾਂਦਾ ਬਾਕੀ ਖੀਰਾ ਹੋ ਗਿਆ ਇੱਧਰ ਪਹਾੜੀ ਮਿਰਚ ਹੋ ਗਈ ਫੁੱਲ ਗੋਭੀ ਹੋ ਗਈ ਤੇ ਫੁੱਲ ਗੋਭੀ ਕਿੰਨੀ ਸੀਗੀ 50 ਰੁਪਏ ਇਹ 50 ਰੁਪਈਏ ਨੇੜੇ ਤੇ ਜਿਹੜੀ ਬਾਈ ਫੁੱਲ ਗੋਭੀ ਚੱਲੀ ਜਾਂਦੀ ਆ ਤੁਹਾਨੂੰ ਦੁਬਾਰਾ ਰੇਟ ਪਾਏ ਤਾਂ ਪਤਾ ਨਹੀਂ ਪਹਿਲਾਂ ਪੁੱਛ ਲਿਆ ਕਿ ਭੁੱਲ ਜਾਂਦੇ ਆ ਕਦੇ ਹੁਣ ਇਹ ਰੇਟ ਫੋਕਦੇ ਆ ਇਹ ਤਾਂ ਹੋਲਸੇਲ ਦੇ ਰੇਟ ਆ ਬਾਈ ਇੱਥੇ ਵੀਰਾਂ ਨਾਲ ਨਾ ਜਦਾਈ ਕਰੋ ਕਦੇ ਤੁਸੀਂ ਤਾਂ ਰੇਟ ਘੱਟ ਦਿੰਦੇ ਆ ਇਹ ਬਾਈ ਹੋਲਸੇਲ ਦੇ ਰੇਟ ਇਹ ਤੁਹਾਨੂੰ ਆਏ ਨਹੀਂ ਵੀ ਆ ਜਿਵੇਂ ਖੁੱਲਿਆ ਪੈਦੇ ਚ ਕਿਲੋ ਦੇ ਦੇਣਗੇ ਇਹ ਸਾਰਾ ਤੁਹਾਨੂੰ ਲਿਜਾਣਾ ਪੈਣਾ ਲਫਾਫਾ ਤੇ ਆ ਬਾਈ ਧਨੀਏ ਦਾ ਕੀ ਰੇਟ ਆ 150 ਰੁਪਏ ਇਹ ਬਾਈ 150 ਰੁਪਏ ਬਾਕੀ ਆਪਾਂ ਵੀਡੀਓ ਚ ਬਾਈ ਦੱਸਦੇ ਰਹਿੰਦੇ ਆ ਉਹ ਵੱਖਰੀ ਗੱਲ ਆ ਕਈ ਵੀਰ ਇਗਨੋਰ ਕਰ ਦਿੰਦੇ ਆ ਵੀ ਹੋਲਸੇਲ ਦੇ ਰੇਟ ਜਿਹੜੇ ਆ ਅੰਦਰਲੇ ਹੋਲਸੇਲ ਦੇ ਰੇਟ ਹੁੰਦੇ ਇਕੱਠਾ ਸਮਾਨ ਤੁਹਾਨੂੰ ਬਾਈ ਲੈਣਾ ਪੈਣਾ ਉਧਰ ਬਾਈ ਛੱਲੀ ਕਿਵੇਂ ਕਰੇਟਾਂ ਚ ਆਉਣ ਲੱਗੀ ਛੱਲੀ ਉਹ ਬਾਕੀ ਰਹਿ ਗਈ ਤੇ ਕੀ ਰੇਟ ਵੈਗੀ ਵੈ 25 ਰੁਪਏ 25 ਰੁਪਈਏ ਕਿਲੋ ਜਿਹੜੀ ਛੱਲੀ ਬਾਈ ਵੈਗੀ ਆ ਤੇ ਹੋਲਸੇਲ ਦੇ ਰੇਟ ਆ ਭਰਾ ਇਹ ਅੱਲਾ ਰਹਿ ਗਿਆ ਸੱਜਣ 50 ਰੁਪਏ ਅੱਲਾ 50 ਰੁਪਏ
ਯਾਰ ਇੰਨਾ ਥੋੜੀ ਰੇਟ ਵਧ ਗਿਆ ਦਾ 50 ਰੁਪਏ 50 ਰੁਪਏ 30 ਤੂੰ ਚੱਲੀ ਜਾਂਦਾ ਅੱਜ ਬਈ 50 ਰੁਪਏ ਇਹ ਬਈ ਅੱਲਾ ਨਾਲੇ ਘੱਟ ਹੀ ਖਾਂਦੇ ਲੋਕ ਯਾਰ ਫਿਰ ਵੀ 50 ਰੁਪਏ ਕਿਲੋ ਜਿਹੜੀ ਸਬਜ਼ੀ ਸਾਰੀ ਤੇਜ਼ ਆ ਹੁਣ ਕਿਹੜੀ ਸਬਜ਼ੀ ਬਣਾਈ ਲੋਕੀ ਖਾਂਦੇ ਆ ਅੱਜ ਲੋਕੀ ਖਾਂਦੇ ਆ ਲੋਕੀ ਹੈ ਅੱਲਾ ਅੱਲਾ ਠੀਕ ਆ ਹੋਰ ਸੁਣਾ ਵਧੀਆ ਕਹਿਮਨ ਨਾ ਬਈ ਪੰਜਾਬ ਫਰੂਟ ਕੰਪਨੀ ਦੇ ਰੇਟ ਸੀ ਰੋਮੀ ਦਾ ਨੰਬਰ ਆ ਗਿਆ 78883 ਪਹਾੜੀ ਮਿਰਚ ਪਈ ਆ ਫੁੱਲ ਗੋਭੀ ਪਈ ਆ ਪਹਾੜੀ ਮਿਰਚ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦਾ ਕਿੰਨਾ ਚੱਲੀ ਜਾਂਦਾ 60 ਰੁਪਈਏ 55 ਕਿਲੋ ਦੱਸਿਆ ਸੀ ਮੈਨੂੰ 60 ਰੁਪਈਏ ਇੱਧਰ ਸੰਜੂ ਲਾਈ ਜਾਂਦਾ ਕੁਆਲਿਟੀ ਦਾ ਹੀ ਫਰਕ ਹੁੰਦਾ 5-7 ਰੁਪਈਆ ਜਿਹੜੀ ਫੁੱਲ ਗੋਭੀ ਹੈ ਬਈ 50-55 50 ਬਾ 50 ਉਹੀ ਚੱਲੀ ਜਾਂਦੀ ਆ ਤੇ ਅਰਬੀ 30 ਰੁਪਈਏ ਹਾਂਜੀ ਹੈਂ 35 ਰੁਪਏ ਇਹ 35 ਰੁਪਏ ਵਾਲੀ ਕੁਆਲਿਟੀ ਬਈ ਕਿਉਂਕਿ 5-7 ਰੁਪਈਏ ਦਾ ਬਈ ਫਰਕ ਹੁੰਦਾ ਹੀ ਕੁਆਲਿਟੀ ਦੇ ਮਗਰ ਜਿਹੜੇ ਨਿੰਬੂ ਯਾਰ ਵੱਖਰੇ ਜਿਹੇ ਕਿਵੇਂ ਆ ਗਏ ਸੰਜੂ ਤੇਰੇ ਕੋਲੇ ਯਾਰ ਕਿਉਂ ਵੱਖਰੇ ਕਿਉਂ ਸਫਾਈ ਜੀ ਵਾਲੇ ਲੱਗਦੇ ਆ ਗੱਡੀ ਲੇਟ ਹੋ ਗਈ ਤੇ ਕੀ ਰੇਟ ਆ ਇਹ 60 ਰੁਪਈਏ ਵਾਲਾ ਬਈ ਨਿੰਬੂ ਪਿਆ ਯਾਰ ਚਾਰ ਪਾਉਣ ਵਾਲਾ ਕਦੋਂ ਕਰ ਦਿਓਗੇ ਤੁਸੀਂ ਅੱਜ ਬੜੇ ਦਿਨਾਂ ਬਾਅਦ ਆਏ ਆ ਵੀ ਹੁਣ ਰੂਟ ਜੇ ਰੱਖ ਲਿਆ ਆਇਆਂ ਨੂੰ 15 ਮਿੰਟ ਦੀ ਵੀਡੀਓ ਬਣ ਗਈ ਸੈੱਟ ਉਹ 40 ਮਿੰਟ ਦੀ ਵੀਡੀਓ ਬਣ ਜਾਂਦੀ ਲੋਡ ਨੀ ਆਉਂਦਾ ਫਰਕ ਚੰਦਰ ਬਾਈ ਸੰਜੂ ਦੇ ਜਿਹੜਾ ਸੰਜੂ ਦੀ ਦੁਕਾਨ ਤੇ ਖੜੇ ਆ ਜਿਹੜੇ ਨੰਬਰ ਆ ਗਿਆ ਬਾਈ ਜਿਹੜਾ 70094-99-102 ਕਿਸੇ ਨੂੰ ਵੀਰ ਭਰਾ ਨੂੰ ਸਸਤੇ ਰੇਟ ਤੇ ਸਬਜ਼ੀ ਵਗੈਰਾ ਚਾਹੀਦੀ ਆ ਤੇ ਆਪਣਾ ਨਾਂ ਲੈ ਦੇ ਸੰਜੂ ਲੈਸ ਕਰ ਦੇ ਹੁਣ ਵੀਡੀਓ ਵੇਖ ਕੇ ਜਿਹੜਾ ਬੰਦਾ ਆਊਗਾ ਪੱਕੀ ਗੱਲ ਆ ਇਹ ਨਾ ਤੂੰ ਲੈਸ ਕਰ ਲੈਣਾ ਫਰੀ ਦਾ ਨਹੀਂ 10 ਰੁਪਏ ਵਾਲਾ ਹਰੇਕ ਚੀਜ਼ ਮਗਰ ਛੱਡ ਮਿਹਰਬਾਨੀ ਭਰਾ ਟਾਈਮ ਦੇ ਨਾਂ ਤੇ ਤੜਕੇ ਕਹਿੰਦਾ ਮੈਂ 50 ਵੇਚੀ ਆ ਤੇ ਹੁਣ ਜਿਵੇਂ ਜਿਵੇਂ ਟਾਈਮ ਜ਼ਿਆਦਾ ਹੋ ਗਿਆ ਤੇ ਹੁਣ ਹੋ ਗਿਆ ਬਾਈ ਰੁਪਈਏ 40 ਰੁਪਈਏ ਕਹਿੰਦਾ ਮੈਂ ਭਿੰਡੀ ਲਾ ਦੂੰਗਾ ਪਹਿਲਾਂ ਤੜਕੇ ਵੇਚੀ 50 ਜਿਵੇਂ ਜਿਵੇਂ ਟਾਈਮ ਵੱਧ ਗਿਆ ਤੇ ਆਹ ਪਹਾੜੀ ਮਿਰਚ ਇਹਦੇ ਕੋਲ ਯਾਰ ਬਹੁਤ ਸ਼ਾਨਦਾਰ ਪਈ ਹੈ ਇਹ ਕਿੱਥੋਂ ਦੀ ਹੈਗੀ ਹੈ ਇਹ ਕੀ ਰੇਟ ਲਾਈ ਜਾਂਦਾ ਇਹ ਨਾ ਐਂ ਲੱਗਦਾ ਯਾਰ ਜਿਵੇਂ ਬੁੜੀਆਂ ਮਸਾਜ ਕਰਦੀਆਂ ਨਾ ਵਾਲਾਂ 'ਚ ਤੇ ਸਰੋਂ ਦਾ ਤੇਲ ਦੀ ਮਸਾਜ ਕੀਤੀ ਹੁੰਦੀ ਹੈ ਲੱਗਦੀ ਹੈ ਕਿ ਨਹੀਂ ਵੇਖ ਤੂੰ ਇੱਧਰ ਯਾਰ ਚਮਕ ਮਾਰਦੀ ਤੇਰੀ ਪੂਰੀ ਕੀ ਚੱਕਰ ਹੈ ਇਹ ਜੈਪੁਰ ਦੀ ਹੈ ਬਾਈ ਇਹ ਤੇ 50 ਰੁਪਈਆ ਰੇਟ ਦੱਸਿਆ ਬਾਈ ਨੇ 50 ਰੁਪਈਆ ਰੇਟ ਤੇ ਜਿਹੜਾ ਰੇਟ ਆ ਬਾਈ ਇੱਧਰ ਚੱਲੀ ਜਾਂਦਾ ਤੇ ਬਾਈ ਆਪਾਂ ਨੂੰ ਮਿਲਦੇ ਨੇ ਬਾਈ ਬਿਜੀ ਵਾਲਾ ਰਹਿੰਦੇ ਸੀਗੇ ਤੇ ਹੋਰ ਬਾਈ ਕੀ ਵਾਲਾ ਬਾਈ ਜੀ ਕਿੱਧਰ ਗਾਇਬ ਹੋ ਗਏ ਸੀ ਬਾਈ ਇੰਨੇ ਦਿਨ ਬਾਹਰ ਗਏ ਸੀ ਕਿਤੇ ਬਾਹਰ ਗਏ ਸਿੰਗਾਪੁਰ ਗਿਆ ਸੀ ਯਾਰ ਅੱਛਾ ਠੀਕ ਆ ਇਮੀਗ੍ਰੇਸ਼ਨ ਵਾਲੇ ਬੰਦੇ ਆਪ ਹੀ ਬਾਹਰ ਤੁਰੇ ਫਿਰਦੇ ਹਾਂ ਜਾਣਾ ਵੀ ਚਾਹੀਦਾ ਬਾਹਰ ਬੁਰ ਘੁੰਮਣਾ ਵੀ ਚਾਹੀਦਾ ਸਹੀ ਗੱਲ ਆ ਬਾਈ ਤੇ ਆਲੂ ਬਾਈ ਆਪਣੇ ਆਉਣ ਸਾਰ ਚੇਂਜ ਹੋਏ ਕਿ ਨਹੀਂ ਫਿਰ ਆਲੂ ਬਸ ਹੋ ਜੇ ਭਾਈ ਚੱਲੀ ਜਾਂਦੇ ਯਾਰ 1100 ਹੀ ਹਾਂ 1100 ਹੀ ਹਾਂ 1000 ਤੋਂ ਲੈ ਕੇ 1100 ਦੇ ਵਿੱਚ ਅੱਜ ਕਰ ਦਈਏ 50 ਰੁਪਏ ਲੈਸ ਆਪਾਂ ਯਾਰ ਬਹੁਤ ਦਿਨ ਹੋ ਗਏ
ਮੈਨੂੰ ਕਿਸਾਨ ਵੀਰ ਫੋਨ ਆਲੂ ਯਾਰ ਕਿਵੇਂ ਕਰੀਏ ਆਲੂ ਹੌਲੀ ਹੌਲੀ ਕੱਢਣਾ ਚਾਹੀਦਾ ਯਾਰ ਅੱਗੇ ਹੁਣ ਦਿਨ ਘਟੀ ਜਾਂਦੇ ਆ ਨਵੰਬਰ ਚ ਨਵਾਂ ਆਲੂ ਆ ਜਾਂਦਾ ਹੌਲੀ ਹੌਲੀ ਜੇ ਆਪਾਂ ਕੱਢਾਂਗੇ ਤਾਂ ਹੀ ਨਿਬੜਨਗੇ ਤੇ ਜੇ ਤੇਜ਼ੀ ਵੀ ਆਊਗੀ ਤਾਂ ਹੀ ਆਣੀ ਹੈ ਜੇ ਆਪਾਂ ਹੌਲੀ ਹੌਲੀ ਆਲੂ ਕੱਢਾਂਗੇ ਤੂੜੀ ਦਾ ਕੰਮ ਨਾ ਹੋ ਜੇ ਪਿਛਲੇ ਸਾਲ ਵਾਲੀ ਵੀ ਰੱਖੀ ਬੈਠੇ ਤੇ ਨਵੀਂ ਆ ਗਈ ਉਧਰ ਨਵੀਂ ਆ ਗਈ ਤੇ ਹੌਲੀ ਹੌਲੀ ਕੱਢਾਂਗੇ ਨਾ ਜੇ ਆਪਣਾ ਮਾਲ ਮੰਨ ਲਓ ਆਪਣਾ ਕੋਲ 1000 ਗੱਟਾ ਪਿਆ ਆਪਾਂ 500 ਕੱਢਦਾ 500 ਹੀ ਤੇਜ਼ੀ ਵੇਖ ਲਾਂਗੇ ਬਿਲਕੁਲ 1000 ਦਾ 1000 ਰੱਖੀ ਰੱਖਾਂਗੇ ਉਹ ਤੇਜ਼ੀ ਵੀ ਨਹੀਂ ਆਣੀ ਫਿਰ ਤੇਜ਼ੀ ਵੀ ਨਹੀਂ ਆਉਣੀ ਤੇ ਬਾਹਰ ਕੱਢਣਾ ਔਖਾ ਹੋ ਜਾਂਦਾ ਤੇ ਬਾਈ ਗੁਰਨਾਨਕ ਫਰੂਟ ਕੰਪਨੀ ਤੇ ਖੜੇ ਆਪਾਂ ਉਹ ਬਾਈ ਨੰਬਰ ਚੱਲਦਾ ਹੋਊਗਾ ਹਾਂਜੀ ਆਪਣਾ ਹੀ ਚੱਲਦਾ ਜੀ ਤੇ ਨੰਬਰ ਆ ਗਿਆ ਬਾਈ 98 41 33 283 ਜੇ ਵੀਰ ਭਰਾ ਕੋਲੇ ਆਲੂ ਪਏ ਆ ਸਟਾਕ ਪਿਆ ਗਿਆ ਜਾਂ ਖਰੀਦਣਾ ਵੀ ਉਹਦੇ ਕਨੈਕਟ ਬਾਈ ਨਾਲ ਜ਼ਰੂਰ ਕਰ ਲਿਓ ਜੇ ਨੰਬਰ ਆ ਗਿਆ ਬਾਈ ਸਕਰੀਨ ਤੇ ਮਿਹਰਬਾਨੀ ਤੁਹਾਡਾ ਟਾਈਮ ਦੇ ਨਾਲ ਠੀਕ ਹੈ ਬਾਈ ਜੀ ਹੋਰ ਬਾਈ ਕੀ ਹਾਲ ਆ ਜੀ ਬਾਈ ਅੰਬ ਨਹੀਂ ਆਏ ਆਪਣੇ ਕੋਲੇ ਮੁੱਕ ਗਿਆ ਖਤਮ ਹੋ ਗਿਆ ਤੇ ਹੋਰ ਆਪਣੇ ਕੋਲੇ ਕੀ ਕੁਛ ਆਹ ਬੱਬੂ ਕਛਾ ਪਿਆ ਤੇ ਆ ਬਾਈ ਸੇ ਛੋਟੇ ਆਯੁਰਵੈਦਿਕ ਦਾ ਸਮਾਨ ਬਾਈ ਨੇ ਘਟਾਤਾ ਚਾਹ ਜ਼ਰੂਰ ਲੈ ਕੇ ਜਾਇਆ ਕਰੋ ਬਾਈ ਦੀ ਚਾਹ ਬਹੁਤ ਟੇਸਟੀ ਹੁੰਦੀ ਹੈਗੀ ਤੇ ਬਾਕੀ ਆਲੂ ਵਾਲੇ ਬਾਈ ਨਾਲ ਗੱਲਬਾਤ ਕਰ ਹੀ ਲਈ ਆ ਤੇ ਕੋਈ ਵੀ ਫਲ ਫਰੂਟ ਸਾਨੂੰ ਪਰਚੂਨ ਤੇ ਚਾਹੀਦੇ ਆ ਮੈਂ ਸਗੋਂ ਦੀ ਅੰਬ ਲੈਣ ਆਇਆ ਸੀ ਬਾਈ ਕੋਲੇ ਅੰਬ ਕਹਿੰਦਾ ਤੂੰ ਬਚ ਕੇ ਅੰਬ ਲੈਣੇ ਸੋਮਵਾਰ ਦੇ ਪੱਕੀ ਗੱਲ ਪੱਕੀ ਗੱਲ ਸੋਮਵਾਰ ਨੂੰ ਲਿਆਏਗਾ ਚੱਕ ਸੋਮਵਾਰ ਨੂੰ ਅੰਬ ਆ ਜਾਣਾ ਬਾਈ ਕੋਲੇ ਤੇ ਹੋਰ ਭਰਾ ਕਹਿਵਾ ਸੀ ਤਾਂ ਬਾਈ ਲੈ ਬਾਈ ਨੰਬਰ ਬਾਈ ਦਾ ਬਾਈ ਨੰਬਰ ਬੋਲ ਦੀ ਯਾਰ 31 ਨੰਬਰ ਦੁਕਾਨ ਆਪਣੀ 31 ਨੰਬਰ ਦੁਕਾਨ ਤੇ ਖੜਿਆ ਆਹ ਨੰਬਰ ਚੱਲੀ ਜਾਂਦਾ ਨਹੀਂ ਨਹੀਂ ਅਹੀ ਚੱਲਦਾ ਵੀ ਚੱਲਦਾ ਭਰਾ ਦਾ ਮੇਰਾ 75 98 97 562 75 892 ਠੀਕ ਆ 97 562 97 562 ਕੋਈ ਵੀ ਮਿੱਤਰੋ ਕਾਰੋਬਾਰ ਸੰਬੰਧੀ ਫਲਾਂ ਦੇ ਸੰਬੰਧੀ ਗੱਲਬਾਤ ਕਰਨੀ ਹੈ ਜਾਂ ਕੋਈ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਉੱਥੇ ਪਹੁੰਚਦੀ ਗੱਡੀ ਹੋ ਜੂਗੀ ਤੇ ਜਾਇਜ਼ ਰੇਟ ਲਾ ਲਈ ਬਾਈ ਜਿਹੜਾ ਵੀਡੀਓ ਵੇਖ ਕੇ ਆਊਗਾ
ਹੋਮ ਡਿਲੀਵਰੀ ਫ੍ਰੀ ਆ। ਚੱਕ ਇਹ ਵੀ ਠੀਕ ਆ ਲੋਕਲ ਸ਼ਹਿਰ ਦੇ ਵਿੱਚ। ਹਾਂ 10 ਦਿਨ ਬਾਅਦ ਫ੍ਰੀ ਆ। ਜਿਹੜਾ ਵੀਡੀਓ ਵੇਖ ਕੇ ਆਊਗਾ ਬਾਈ ਸ਼ੇਅਰ ਕਰਕੇ ਆਊਗਾ ਉਹਨੂੰ ਲੈਸ ਕਰ ਦਾਂਗਾ। ਠੀਕ ਆ 11 ਹਾਂ ਇਹਦੇ 'ਚ ਸ਼ੂਗਰ ਫਰੀ ਇਹ ਮਿੱਠੇ 'ਚ ਹੈ ਉਹ ਸ਼ੂਗਰ ਫਰੀ ਦਾ ਹੁੰਦਾ ਸੇਮ ਕੁਆਲਿਟੀ ਹੁੰਦੀ ਹੈ ਸੇਮ ਕੁਆਲਿਟੀ ਇੱਕ ਥੈਲੀਆਂ ਹੀ ਆਉਣ ਲੱਗੀਆਂ 2-2 ਕਿਲੋ ਵਾਲੀਆਂ ਬਾਈ ਉਹ ਵੀ ਆਉਂਦਾ ਉਹ ਪਿਆ ਸਾਹਮਣੇ ਇੱਥੇ ਨੂੰ ਪਾ ਦਿੰਦੇ ਇੱਥੇ ਨੂੰ ਪਾ ਦਿੰਦੇ ਆ ਬਸ ਸੁਕਾ ਕੇ ਇਹਨੂੰ ਨਾ ਹਾਂ ਪੱਖਾ ਲਵਾ ਕੇ ਹਵਾ ਲਵਾ ਕੇ ਸੁਕਾ ਕੇ ਇਹਨੂੰ ਥੈਲੀਆਂ 'ਚ ਪੈਕ ਕਰ ਦਿੰਦੇ ਇਹਨੂੰ ਥੈਲੀਆਂ 'ਚ ਪੈਕ ਕਰ ਮੋਟੀ ਗੱਲ ਦੱਸਤੀ ਬਾਈ ਨੇ ਵੀ ਆਲੂ ਆਹੀ ਹੁੰਦਾ ਆਲੂ ਆਹੀ ਹੁੰਦਾ ਉਹ ਪੈਕਿੰਗ ਛੋਟੀ ਕਰਦੀ LR ਬਾਈ ਕਿਹੜਾ ਪਿਆ ਆਪਣੇ ਕੋਲੇ LR ਵਿਕ ਗਿਆ ਅੱਜ ਵਿਕ ਗਿਆ ਹਾਂ ਠੀਕ ਆ ਤੇ ਉਹ ਕੀ ਰੇਟ ਵਿਕ ਗਿਆ ਬਾਈ ਅੱਜ 1000 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਭਾਅ ਸੀਗਾ 100 ਰੁਪਏ ਦੇ ਹਲਕੇ ਫੁਲਕੇ ਲਾ 1000 ਰੁਪਏ ਦੇ ਜਿਹੜਾ ਬਾਈ ਵੀਡੀਓ ਵੇਖ ਕੇ ਆਊਗਾ 1200 ਰੁਪਏ ਦਾ 1200 ਵਾਲਾ ਉਹਨੂੰ ਲਾਵਾਂਗੇ ਤੁਹਾਡੀ ਵੀਡੀਓ ਵੇਖ ਕੇ ਸ਼ੇਅਰ ਕਰਕੇ ਆਊਗਾ ਉਹਨੂੰ 11 ਰੁਪਏ ਦਾ ਕੀ ਗੱਲ ਆ ਬਾਤ ਠੀਕ ਆ 100 ਰੁਪਏ ਲੈਸ ਹੋਣਾ ਚਾ ਮਾਨ ਤਾਂ
ਸੀ ਬਈ ਹਨਾ ਐਤਵਾਰ ਆ ਜਾਂਦਾ ਗਾਹਕ ਬਹੁਤ ਸੀ ਅੱਜ ਮੰਡੀ ਦਾ ਗਾਹਕ ਬਹੁਤ ਸੀਗਾ ਠੀਕ ਹੈ ਭਰਾ ਓਕੇ ਬਾਈ ਜੀ ਮਿਹਰਬਾਨੀ ਬਾਈ ਭਾਈ ਨੰਬਰ ਤੁਹਾਨੂੰ ਜੂਮ ਕਰਕੇ ਵਿਖਾ ਦਈਏ ਗਰਗ ਟ੍ਰੇਡਿੰਗ ਕੰਪਨੀ ਦੇ ਖੜੇ 95018-13158 ਤੇ 95-29-25-27 ਕਨੈਕਟ ਕਰ ਲਿਓ ਬਾਈ ਨੇ ਜੇ ਆਲੂ ਵਾਲਾ ਦਾ ਕੋਈ ਵੀ ਕਾਰੋਬਾਰ ਹੈ ਤੁਹਾਡਾ ਵੇਚਣੇ ਆਲੂ ਖਰੀਦਣੇ ਹੋਰ ਭਰਾ ਕੀ ਵਾਲਾ ਬਾਈ ਠੀਕ ਆ ਤੇ ਆ ਜਾਓ ਬਾਈ ਚੱਲੀਏ ਉੱਧਰ ਹੁਣ ਤੁਹਾਨੂੰ ਜਿਹੜੇ ਆ ਇੱਧਰ ਨਵੀਂ ਵਰਾਇਟੀ ਤੁਹਾਨੂੰ ਹੋਰ ਕਿਹੜੀ ਵਿਖਾਈਏ ਤੇ ਇੱਕ ਬਾਲਟੀ ਵੀਡੀਓ 'ਚ ਵੇਖੀ ਜਾਂਦੇ ਆ ਇੱਧਰ 70 ਰੁਪਈਏ ਕਿਲੋ ਜਿਹੜਾ ਅੱਧ ਘਰ ਚੱਲੀ ਜਾਂਦਾ ਇੱਧਰ ਤਾਜ਼ੀ ਕੁਆਲਿਟੀ ਸ਼ਾਨਦਾਰ ਕੁਆਲਿਟੀ ਆ ਅਤੇ 30 ਰੁਪਈਏ ਕਿਲੋ ਜਿਹੜੀ ਆ ਮਿਰਚ ਬਈ ਇੱਧਰ ਵਿਕੀ ਜਾਂਦੀ ਆ ਫਿਲਹਾਲ 30 ਰੁਪਈਏ ਕਿਲੋ ਜਿਹੜਾ ਬਾਈ ਪਰਮਲ ਚੱਲੀ ਜਾਂਦੇ ਇੱਧਰ ਫਿਲਹਾਲ ਤੁਸੀਂ ਵੇਖ ਲਿਓ ਜੇ ਗਾਹਕ ਜ਼ਿਆਦੇ ਆ ਫਿਲਹਾਲ ਇੱਧਰ ਯਾਰ ਅਤੇ ਭਗਦੜ ਮੱਛੀ ਬਈ ਹੋਰ ਬਰਾਕੀ ਵਾਲਾ ਸੈੱਟ ਅਤੇ ਜਿਹੜਾ ਬਾਈ ਪੇਠੇ ਦੀ ਕੁਆਲਿਟੀ ਚੈੱਕ ਕਰੀ ਜਾਂਦੇ ਆਹ ਵਿਕਿਆ ਜਿਹੜਾ 20 ਰੁਪਈਏ ਕਿਲੋ ਜਿਹੜਾ ਬਾਈ ਪੇਠਾ ਵਿਕਿਆ ਗਾ ਫਿਲਹਾਲ ਬਾਈ ਹਣੀ ਬੀਜੀ ਇੱਧਰ ਗੱਲਬਾਤ ਨਹੀਂ ਹੋ ਸਕਦੀ ਅਤੇ ਰੇਟ ਬਾਈ ਨੇ ਸਾਰੇ ਆਪਾਂ ਨੂੰ ਦੱਸ ਦਿੱਤੇ ਡਿੱਟੋ ਕਿਉਂਕਿ ਇੱਧਰ ਸੌਦਾ ਪੈਦਾ ਕਰਨ 'ਚ ਬੀਜੀ ਆ ਉਹ ਸਾਬੇ ਥੱਲੇ ਰੱਖ ਕੇ ਜਿਵੇਂ ਸੌਦਾ ਕਰਦੇ ਨਾ ਉਹ ਹਿਸਾਬ ਕਿਤਾਬ ਹੁੰਦਾ ਗਾ ਉਂਗਲਾਂ ਹੀ ਨੱਪ ਦਿੰਦੇ ਆ ਥੱਲੇ ਕਰਕੇ ਸਾਫੇ ਦੇ ਵਿੱਚ ਇੱਕ ਉਂਗਲ ਦਾ 10 ਰੁਪਈਏ ਦੂਜੀ ਉਂਗਲ ਦੇ 20 ਰੁਪਈਏ ਇਹ ਹਿਸਾਬ ਕਿਤਾਬ ਹੁੰਦਾ ਗਾ ਅਤੇ ਅੱਜ ਬਾਈ ਜੀ ਨਾਲ ਕਰਦੇ ਹਾਂ ਗੱਲਬਾਤ ਜਿਹੜੇ ਗੰਢੇ ਬਾਈ ਕੀ ਰੇਟ ਚੱਲੀ ਜਾਂਦੇ ਭਰਾ ਇੱਧਰ ਗੰਢੇ ਕਿੰਨੇ ਰੇਟ ਬਾਈ ਜੀ ਹੋਰ ਕੀ ਵਾਲਾ ਜੀ ਬਾਊ ਜੀ ਕੀ ਵਾਲਾ ਜੀ ਕਹਿਵਾਂ ਸਿੱਧਾ ਕਹਿਵਾਂ ਵਧੀਆ ਰਹਿੰਦੇ ਹਾਂ ਠੀਕ ਠਾਕ ਰਹਿੰਦੇ ਹਾਂ ਅਤੇ ਬਾਊ ਜੀ ਨਾਲ ਕਰਦੇ ਹਾਂ ਗੱਲਬਾਤ ਵੀ ਜਿਹੜੇ ਗੰਢੇ ਬਾਈ ਅੰਦਰ ਤੁਸੀਂ ਕੁਆਲਿਟੀ ਵੇਖੋ ਸ਼ਾਨਦਾਰ ਐਨ ਬਾਊ ਜੀ ਪਿਆਜ਼ ਕੀ ਕਰਦੇ ਆ ਜੀ ਪਿਆਜ਼ ਐਮ ਪੀ ਵਾਲਾ 35-36 ਰੁਪਈਏ ਨਾਸ ਵਾਲਾ 38 ਰੁਪਈਏ ਮਹਿੰਗਾ ਹੋ ਗਿਆ ਹਾਂ ਕਿਲੋ ਫਰਕ ਹੈ ਨਾਸਕ ਵਾਲਾ ਬਾਈ ਆਇਆ ਆਪਣੇ ਕੋਲ ਹਾਂਜੀ ਨਾਸਕ ਹੈਗਾ ਐਮ ਪੀ ਵਾਲਾ ਸੀ ਮੇਰੇ ਕੋਲ ਐਮ ਪੀ ਵਾਲਾ ਸੀਗਾ ਨਾਸਕ ਦਾ 38-39 ਦੀ ਆਵਾਜ਼ ਵੀ ਆਈ ਜਾਂਦੀ ਵਿੱਚ 40 ਵੀ ਕਈ ਵਾਰੀ ਲਾਈ ਜਾਂਦੇ ਵੀਰ ਭਰਾ 40 ਨੂੰ ਨਾਸਕ ਕਹਿੰਦੇ ਜੀ 60 ਜਾਣਾ ਚਲੋ ਕੋਈ ਨਹੀਂ ਜੀ ਚੱਲ ਅੱਜ ਕੱਢ ਦਿਓ ਆਵਾਜ਼ ਕੋਈ ਅੱਛਾ ਕਾਹਦੀ ਮੈਂ ਨਾ ਤੁਸੀਂ ਗੰਢਾ ਦੱਸ ਦਿਓ ਵੀ ਅੱਜ ਕਿੰਨਾ ਹੋਣਾ ਹੈ ਅੱਜ ਗੰਢਾ ਦੱਸ ਦਿਓ ਵੀ ਕਿੰਨਾ ਹੋਊਗਾ ਹੋਰ 15 ਦਿਨ ਪਰ ਪਾਏ ਹੀ ਚੱਲੂਗਾ ਜੀ ਪਾਏ ਹੋਏ ਚੱਲਦਾ ਪਿਆ ਰੁਪਏ 2 ਵਾਜੂ ਵਧੂਗਾ ਘਟੂਗਾ ਨਹੀਂ ਘਟਦਾ ਨਹੀਂਗਾ ਘਟਦਾ ਨਹੀਂਗਾ ਮੈਂ ਤਾਂ 50 ਹੋ ਜੂਗਾ ਹਾਂ ਵੇਖੋ ਜੀ ਤੇ ਬਾਕੀ ਬਈ ਉਹੀ ਰੇਟ ਚੱਲੇ ਆਲੂਆਂ ਨਾਲ ਕਰ ਲਈ ਹਾਂਜੀ ਆਲੂ ਆਉਂਦੇ ਜਾਂਦੇ ਆ ਠੀਕ ਹੈ ਇਹ ਕੀ ਰੇਟ ਆ ਜਿਹੜਾ ਆਪਿਆ ਆਲੂ ਕਿਹਾ 1000 ਰੁਪਏ ਕੱਟਾ ਜੀ 1000 ਰੁਪਏ ਦਾ ਕੱਟਾ ਜਿਹੜਾ ਐਲ ਆਰ ਕੁਆਲਿਟੀ ਚੱਲੀ ਨਾ ਡਾਇਮੰਡ ਵੀ ਇਹੀ ਹੈ ਡਾਇਮੰਡ ਵੀ ਇਹੀ 1100 ਦੇ ਨੇੜੇ ਤੇ ਜਿਹੜਾ ਰੇਟ ਆ
ਚੱਲੀਆਂ ਦਾ ਫਿਲਹਾਲ ਬਾਈ ਦੀ ਦੁਕਾਨ ਤੇ ਖੜੇ ਤਾਂ ਨੰਬਰ ਵਿਖਾ ਦਿਓ 34 ਨੰਬਰ 34 ਨੰਬਰ ਤੇ ਬਾਈ ਨੰਬਰ ਟਾਇਆ ਪਿਆ ਸਾਰੇ 34 ਨੰਬਰ ਹੈ ਨੰਬਰ ਲੈ ਲਈਏ ਬਾਊ ਤੋਂ ਹਾਂਜੀ ਕੀ ਵਾਲਾ ਨੰਬਰ ਬੋਲਦੇ ਇੱਕ ਵਾਰੀ ਫੋਨ ਨੰਬਰ 34 ਨੰਬਰ ਹੋਇਆ ਲਿਖਿਆ ਨਹੀਂ ਫੋਨ ਨੰਬਰ ਹਾਂ ਬੋਲ ਦਿਓ 90413 ਠੀਕ ਆ 13100 90413 13100 ਠੀਕ ਆ ਨੰਬਰ ਆ ਗਿਆ ਬਾਈ ਸਕਰੀਨ ਤੇ ਕਨੈਕਟ ਜ਼ਰੂਰ ਕਰ ਲਿਓ ਹੁਣ ਕਰ ਬਾਈ ਗੱਲਬਾਤ ਠੀਕ ਆ ਤੇ ਇੱਧਰ ਸਾਰੀਆਂ ਕੁਆਲਿਟੀਆਂ ਬਾਈ ਹੋ ਗਈਆਂ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਾਈ ਇੱਧਰ ਗੰਢਾਂ ਨੇ ਗੱਟੇ ਗੰਢੇ ਬਹੁਤ ਮਹਿੰਗੇ ਗੋਲਡ ਦੇ ਉੱਤੇ ਬੈਠਾ ਸਿਉਣੇ ਤੇ ਬੈਠਾ ਬਾਈ ਤੂੰ ਸਿਉਣੇ ਤੇ ਸਿਉਣੇ ਤੇ ਬਹਿਣਾ ਹੁੰਦਾ ਹੈਨਾ ਇਹ ਹੁਣ ਹੌਲੀ ਹੌਲੀ ਸਿਉਣਾ ਮਹਿੰਗਾ ਹੋਣ ਲੱਗਾ ਹਾਂ ਲੈ ਲੈਂਦੇ ਯਾਰ ਗੱਲ ਆ ਗਈ ਇਹ ਗੰਢਾ ਕਿੱਥੇ ਚੱਲਿਆ ਅੱਜ ਇਹ ਚੱਲਿਆ ਜੀ ਫਰੀਦਕੋਟ 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 ਦੇ ਨਾਲ ਪਿੰਡ ਹੈ ਪਿੰਡ ਤੇ ਅੱਜ ਕੀ ਰੇਟ ਮਿਲ ਗਿਆ 40 ਇਹ ਨਾਸਕ 40 ਰੁਪਈਏ ਕਿਲੋ ਤੁਹਾਨੂੰ ਪਿਆਜ਼ ਮਿਲਿਆ ਬਾਈ ਇਹ ਤੇ ਮੇਰੇ ਹਿਸਾਬ ਨਾਲ ਇਹ ਹੋਰ ਦਿਨਾਂ ਦੇ ਵਿੱਚ 50 ਨੂੰ ਟੱਚ ਕਰ ਦੇਣਾ ਕਰ ਜੂਗਾ ਨਾ ਕਰਤੇ ਬੋਲ ਆਪਾਂ ਫਿਰ ਹੋ ਜੂਗਾ ਬਾਈ 50 ਪੱਕੀ ਹਾਂ ਤੇ 60 ਵੀ ਹੋ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਤੇ ਹੋ ਸਕਦਾ ਠੰਡ ਦੇ ਵਿੱਚ ਕਿਤੇ ਇਦੋਂ ਵੀ ਵੱਧ ਜੇ ਰੇਟ ਤੇ ਠੀਕ ਆ ਭਰਾ ਮਿਹਰਬਾਨੀ ਬਾਈ ਥੈਂਕ ਯੂ ਤੇ ਲਾਈਕ ਕਰਦਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਬੰਦਾ ਰਹਿ ਗਿਆ ਸੀ ਜਿਹਦੇ ਨਾਲ ਆਪਾਂ ਗੱਲਬਾਤ ਕਰਨੀ ਆ ਉਹ ਬਾਈ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਮਤਲਬ ਵੀਡੀਓ ਦਾ ਕਰਾਂਗੇ ਐਂਡ ਤੇ ਕੀ ਵਾਲਾ ਭਰਾ ਹੋ ਠੀਕ ਆ ਬਾਈ ਟਾਈਮ ਆ ਸਿੱਧਾ ਵਧੀਆ ਰਹਿਣਾ ਕੀ ਵਾਲਾ ਭਰਾ ਆਲੂ ਆਲੂ ਅੱਜ ਹੋਈ ਪਈ ਆ ਕਹਿੰਦੇ ਹੈਂ ਕਿਹੜੀ ਕਿਹੜੀ ਕੁਆਲਿਟੀ ਆ ਗਈ ਬਾਈ ਇੱਥੋਂ ਉਹ ਵਧੀਆ ਕੁਆਲਿਟੀ ਆ ਐਲਆਰ ਠੀਕ ਆ ਇਹ ਕੀ ਰੇਟ ਆ ਬਾਈ ਇਹ 1100 ਵਿੱਚ ਠੀਕ ਆ ਭਰਾ ਆ ਕੀ ਰੇਟ ਆ ਬਾਈ 1000 ਰੁਪਏ ਵਿੱਚ 1000 ਰੁਪਈਆ ਤੇ ਜਿਹੜਾ ਇਦੋਂ ਵੀ ਬਰੀਕ ਹੁੰਦਾ ਹੈਗਾ ਇਦੋਂ ਬਰੀਕ ਆਇਆ ਨਹੀਂਗਾ ਉਹ 700-800 700-800 ਇਹ ਨਹੀਂ ਆ ਇਹ ਯਾਰ 1000 ਦਾ ਹੈ ਇਹ ਵੀ ਐਲਆਰ ਆ ਬਾਈ ਆਹ ਥੋੜ੍ਹਾ ਮੋਟਾ ਗਿਆ ਇਹ 1100 ਜਿਹੜਾ 1100 ਉਹ ਕਿੰਨਾ ਲਾਏਗਾ ਜਿਹੜਾ ਵੀਡੀਓ ਵੇਖ ਕੇ ਆਊਗਾ ਕੋਈ ਨਹੀਂ ਕਰ ਦਿਆਂਗੇ ਮਾਨ ਤਾਂ ਤੁਹਾਡਾ ਪੱਕੀ ਗੱਲ 1000 ਰੁਪਏ ਮੈਂ ਕਰ ਦੇ ਦੇ ਚੱਕ 1000 ਰੁਪਇਆ ਦਾ ਲਾਦਾ ਯਾਰ ਹੋਰ ਕੀ ਚਾਹੀਦਾ ਬਾਈ ਨੇ ਨਾ ਤੇ ਬਾਈ ਡਾਇਮੰਡ ਦੀ ਗੱਲ ਕਰੀਏ ਕੀ ਰੇਟ ਇਹ ਮੀਡੀਅਮ ਸਾਈਜ਼ ਡਾਇਮੰਡ ਆਈ ਠੀਕ ਆ ਡਾਇਮੰਡ ਹੈ 1000 ਰੁਪਏ ਇਹ 1000 ਰੁਪਈਏ ਤੇ ਇੰਨੀ ਛੋਟੀ ਕੁਆਲਿਟੀ ਬਾਈ ਇਦੂ ਛੋਟੀ ਨਹੀਂ ਹੈਗੀ ਇਦੂ ਛੋਟੀ ਨਹੀਂ ਹੈਗੀ ਬਾਈ ਤੇ ਉਹ ਪੈਕਿੰਗ ਆਪਣੀ ਬਾਈ ਕਿਹਦੀ ਨਹੀਂ ਉਹਨਾਂ ਦੀ ਮੰਨੀਆਂ ਦੀ ਠੀਕ ਆ ਇਹ ਬਾਈ ਵੈਸੇ ਤਾਂ ਡਾਇਮੰਡ ਹੀ ਆਉਂਦਾ ਵਿੱਚ ਤੇ ਉਹ ਆ ਪਹਾੜੀ ਕਹਿ ਦਿੰਦੇ ਠੀਕ ਆ ਉਹ ਜਿਹੜਾ ਵੱਡਾ ਗੱਟਾ ਪਿਆ ਉਹੀ ਆ ਠੀਕ ਆ ਬਾਈ ਤੇ 1100-1100 ਦੇ ਆਸ ਪਾਸ ਜਿਹੜੇ ਆਲੂਆਂ ਦੇ ਰੇਟ ਬਾਈ ਚੱਲੀ ਜਾਂਦੇ ਫਿਲਹਾਲ ਬਾਈ ਦਾ ਕੰਮ ਇਕੱਲਾ ਆਲੂਆਂ ਦਾ ਹੀ ਆ ਜਾਂਦਾ ਹੋਰ ਕੋਈ ਵਰਾਇਟੀ ਨਹੀਂ ਗੀ ਤੇ ਇਕੱਲੇ ਆਲੂਆਂ ਦਾ ਨੰਬਰ ਆ ਗਿਆ ਗੁਰੂ ਕਿਰਪਾ ਫਰੂਟ ਕੰਪਨੀ 9502-0024 ਨੰਬਰ ਚੱਲੀ ਜਾਂਦਾ ਚੱਲੀ ਠੀਕ ਆ 9502-0024 ਨੰਬਰ ਆ ਬਾਈ ਕਿਆ ਧੰਨਵਾਦ ਉੱਥੋਂ ਦਾ ਬਹੁਤ ਬਹੁਤ